ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਬੱਕਰਾ ਮੰਡੀ ਕਰਮਗੜ੍ਹ ਔਤਾਂ ਵਾਲੀ। ਲਓ ਜੀ, ਇਸ ਪੱਟ ਦਾ ਸੌਦਾ ਹੋ ਚੁੱਕਿਆ। ਕਿੰਨੇ ਦਾ ਹੋ ਗਿਆ? ਬੱਚੀ ਕਿਹੜਾ ਪਿੰਡ ਹੈ? ਮਾਖੇ ਤੋਂ। ਕਿੰਨੇ ਦਾ ਹੋ ਗਿਆ ਸੌਦਾ? ਸੌਦਾ ਬਾਈ ਹੋਇਆ 5.5 ਹਜ਼ਾਰ। 5.5 ਹਜ਼ਾਰ ਦਾ, ਠੀਕ ਹੈ। ਦੋਸਤੋ, ਅੱਜ ਆਪਾਂ ਪਹੁੰਚਿਆ ਕਰਮਗੜ੍ਹ ਔਤਾਂ ਵਾਲੀ ਵੱਕਰਾ ਮੰਡੀ। ਇਹ ਵੱਕਰਿਆਂ ਦਾ ਸੌਦਾ ਹੋ ਰਿਹਾ ਜੀ। ਉਹ ਬੱਕਰਿਆਂ ਦਾ ਕੀ ਮੰਗਦੇ ਹੋ ਜੀ ਤੁਸੀਂ ਦੋਵਾਂ ਦਾ ਜੀ? ਬੱਕਰਿਆਂ ਦਾ 14 ਹਜ਼ਾਰ ਜੀ। 14 ਹਜ਼ਾਰ? 9 ਹਜ਼ਾਰ ਲਾਉਂਦੇ ਹਾਂ ਜੀ। ਤੁਸੀਂ 9 ਹਜ਼ਾਰ ਲਾਉਂਦੇ ਹੋ? ਹਾਂ ਜੀ, ਇਹ ਲਾਉਂਦਾ ਪਾਲੀ ਜੋਧਪੁਰੀ ਆ। ਪਰਚੀ ਕਰਤੀ ਉੱਤੇ, ਉਹ ਦੇਖੀਓ, ਪੁੱਛਿਆ ਵੀ ਨਹੀਂ ਇਹਨੂੰ। ਚਲੋ ਜੀ, ਇਹ ਕਹਿਦਾ ਇਹਨੇ ਪਰਚੀ ਕਹਿਦਾ ਹੁਣ ਕਹਿਦਾ ਹੁਣ ਰਾਇਤਾ ਕਰ ਲੈਂਦੇ ਇਹਨਾਂ ਨੂੰ ਕਰਤੀ ਕਰਤੀ ਦੇਖੀ ਜਾਊਗੀ ਯਾਰ। ਲਓ ਜੀ, 9,400 ਰੁਪਇਆ ਲੱਗ ਚੁੱਕਿਆ ਜੀ ਇਹਨਾਂ ਬੱਕਰਿਆਂ ਦੇ। ਦੂਰ ਕਿੰਨੇ ਪੈਸੇ ਮੰਗ ਰਹੇ ਤੁਸੀਂ? ਇਹਦਾ ਬਈ 14 ਹਜ਼ਾਰ। 14 ਹਜ਼ਾਰ ਰੁਪਏ ਮੰਗ ਰਹੇ? 10,600 ਲੱਗ ਗਏ। 10,600 ਰੁਪਇਆ ਲੱਗ ਚੁੱਕਾ ਹੈ। ਤੋ ਕਹਾਂ ਤੱਕ ਸੋੜੇਂਗੇ ਆਪ? ਬਸ 100-200 ਇੱਧਰ ਉੱਧਰ ਹੋ ਸਕਦਾ। 100-200 ਰੁਪਏ ਤੋਂ ਨਿਕਲ ਹੋਣਾ ਯਾਰ, ਜਾਇਜ਼ ਰੇਟ ਦੇਖ ਲਈ ਲਗਾ ਲੇ। ਉਹ ਜਦੋਂ ਜਾਇਜ਼ ਤੇ ਆ ਕੇ ਮੈਂ ਆਪੇ ਦੇ ਦੂੰ। ਉਹ ਵੀ ਜਦੋਂ ਜਾਇਜ਼ ਤੇ ਆ ਕੇ ਦੇ ਦੂੰ। ਇਹ ਤਾਂ ਨਾ ਘਰੇ ਰੱਖਣ ਵਾਲੇ ਫਾਰਮ 'ਚ, ਉਹ ਤਾਂ ਪਤਾ ਇਹਦੇ ਜਿਹੜਾ ਪਿਓ ਆ ਨਾ ਇਹਨਾਂ ਦਾ, ਬੱਚਿਆਂ ਦਾ, ਉਹਦਾ 1,37,000 ਰੁਪਇਆ ਲੱਗਿਆ ਤੁੰਗਾਲੀ ਮੰਡੀ 'ਤੇ। ਠੀਕ ਹੈ, 1,37,000 ਉਹਦੇ ਬੱਚੇ ਆ। ਠੀਕ ਹੈ, ਬੱਚੇ ਤੋਂ ਬੜੀ ਆਏ ਨਸਲ ਦੇ ਉਮੇ ਦੇਣ ਵਾਲੇ ਨਹੀਂ ਨਾ ਹੈ ਜੇ ਤਾਂ ਐਂ ਭਾਲਦੇ ਆ ਵੀ ਭੈਣ ਚੋਦ ਦਾ ਮੀਟ ਵਾਲੇ ਮੁੱਲ 'ਚ ਲੈ ਲਈਏ। ਮੀਟ ਵਾਲੇ ਕਹਾਂ ਯਾਰ, ਕੱਟੂ ਮਾਲ ਤੋਂ ਨਹੀਂ ਹੈ, ਕੱਟੂ ਮਾਲ ਤੋਂ ਨਹੀਂ ਹੈ। ਇਹਦਾ ਦਿਲ ਖੋਲ ਕੇ ਰੁਪਏ ਲਾਉਣੇ ਪੈਣਗੇ, ਐਡਾ ਕਰਨਾ ਪੈਂਦਾ ਪ੍ਰਾਂਤ ਜਿੱਡਾ। ਠੀਕ ਆ ਬਾਈ, ਹੋਰ ਪਤਾ ਕਰਨਾ ਖੁਸ਼ੀ ਦੇ ਝੂਠ ਬੋਲਦਾ ਇਹਦੇ ਜਮਾ ਹਕੀਕਤ ਦੱਸਿਆ ਬਾਈ ਦਾ ਝੂਠ ਬੋਲਦੇ ਨਹੀਂ ਹੁੰਦੇ। ਹਾਂ ਮਾਲ ਦਾ ਸਭ ਬਾਈ ਹੁੰਦੀ ਆ। ਠੀਕ ਹੈ ਯਾਰ, ਉਹ ਯਾਰ ਉਹ ਬਸ ਉਹ ਬਸ ਠੀਕ ਹੈ ਯਾਰ, ਫੜਾ 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 ਯਾਰ। 11,500 ਉਹ ਜਵਾਕ ਆ ਯਾਰ, ਕੁਛ ਨਹੀਂ ਹੁੰਦਾ ਬਾਈ, ਕੋਈ ਤੂੰ ਮੇਰੀ ਨਾ ਗੱਲ ਸੁਣ ਲੈ। ਮੈਂ ਉਹਨਾਂ ਨੂੰ ਜਮਾ ਹਕੀਕਤ ਦੱਸਤੀ, ਰੇਟ ਉੱਚਾ ਚੱਕਿਆ ਹੋਇਆ ਆਪਾਂ, ਠੀਕ ਹੈ ਨਾ, ਤੇ ਇਦੋਂ ਘੱਟ ਉਹਨੂੰ ਦੱਸਿਆ ਕਿ ਵੀ ਆਪਾਂ ਦੇਣੀ, ਠੀਕ ਹੈ। 14,000 ਮੰਗਿਆ, 12,700 ਦੀ ਆਪ ਦੀ ਖਰੀਦ ਹੈ, 13.5 ਤੋਂ ਘੱਟ ਦਿੰਦਾ ਨਹੀਂ। ਤੇ ਕੀ ਕਹਤਾ 11 ਨੂੰ ਵਧਣ, ਪੈਸੇ ਕਿੰਨੇ ਹੋਣੇ?
ਨਾ ਨਾ ਬਈ ਬੂਰੇ 11 ਦੇ ਮੈਂ ਕਹੀ ਦਿੱਤਾ बस ठीक है बस ठीक है यार लो वीर जी 11,500 का सौदा हो चुके हैं ठीक है जी लो जी इन्हां बकरियां दा सौदा हो चुका है जी बीटल ने जी 11,500 दा जी लिखाई आपो अपनी इस वीर ने बेचा लो जी इस पठ का 2,47,000 रुपया मांगता है भाई जी की लाने ने किन्ने दा हो गया जी ये हो गया जी 4,700 दा हो गया जी 4,700 दा चेक कर ला भाई आप दी हां जी चेक करके देख ले जी 47 दी लो जी इस पठ दा 7500 रुपया मांग रहे ने वीर हां जी वीर जी 3500 देनी नहीं किन्ना 7500 मांग रहे हां देनी कित्थों दी हुन तन्नू दसता नहीं दस नहीं वीर जी ने 3500 दा ਕੱਟੋ ਘਟ ਵੱਧ ਕੀ ਸੌਦਾ ਹੁੰਦਾ ਹੁੰਦਾ ਜੇ ਚੱਲਣ ਤੇ ਜਿਹੇ ਮੰਡੀ ਦਾ ਮਾਹੌਲ ਹੋ ਜਾ ਵਰਤੋ ਹਾਂ ਜੇ ਮੈਂ ਕਹਦੀ ਫਿਰ चल बस ठीक है ठीक है जी।